समराला इलाके दे एक नौजवान नू अजे व्याह दा चा भी नहीं मुक्या सी कि दो दिन बाद ही उसकी नवी दुल्हन फरार हो गई, जो कि 2 लाख रुपए नकदी गहने अते होर समान भी ले गई। माछीवाड़ा ब्लॉक दे एक पिंड वासी चरणजीत सिंह ने पुलिस दे कोल शिकायत दर्ज करवाई कि उसका एक नौजवान लड़का है जिसके व्याह लई वह पिछले काफी समय तो रिश्ता लभ रहा सी। चमकौर साहब की औरत जसविंदर कौर, जो कि रिश्ते करवाउण दा काम करती है, उस नाल मुलाकात हुई जिसने उसके लड़के लई एक रिश्ता दस्या। विचोलन जसविंदर कौर ने कहा कि लड़की पहला व्याही हुई है जो कि हिमाचल प्रदेश के शहर सोलन नाल संबंध रखती है, जिसने सानू लड़की दियां फोटोआं दिखाइया, जिस तो बाद असी लड़के दियां फोटोआं भेज दित्तियां। शिकायतकर्ता अनुसार विचोलन ने कहा कि वह रिश्ता करवाउण दा 40,000 रुपया लवेगी, दोवां धिरां दी सहमति तो बाद लड़का लड़की का देख दिखाई उपरंत रिश्ता पक्का हो गया। लंघी 3 सितंबर नूं चमकौर साहब दे गुरद्वारा साहब विच लड़का लड़की दे आनंद कारज होए अते उत्थे जदों व्याह समय लड़की दा आधार कार्ड मंगया गया तां विचोलन ने कहा कि वह कुछ दिन बाद दे दिता जाएगा। व्याह समय लड़की दे माता पिता भी जदों ना पुजे तां विचोलन ने कहा कि वह बीमार हन जिस कारण नहीं आ सकते। व्याह उपरंत विचोलन नूं 40,000 रुपए दे दिते गए ते लाड़ा नवी दुल्हन दी डोली घर लै आया। व्याह तो 2 दिन बाद ही विचोलन का फोन आया कि लड़की दे माता नू हार्ट अटैक आ गया ते कल उसनू सोलन लेके जाना है। सहुरे परिवार ने दस्या कि उन्हें विचोलन नू कहा कि असी भी अपनी नू दे मापिया नू मिलन चलदे आ, ता उसने ना कर दिती कि वह कुछ दिन बाद ना व्याहता नू सहुरे घर छड्ड देवेगी। विचोलन जसविंदर कौर ते सपना नाम दी औरत साडे घर आके मेरी नू नू अपने नाल लै गए ते जो सोने दे गहने ते होर समान तो इलावा घर विच पए कपड़े अते 2 लाख रुपए नकदी भी लै गए, जिस कारण सानू शक होया कि उन्हां नाल धोखा हो रहा है। कुछ दिन बाद जदों उन्हां दी नू वापस ना आई तां उन्हां विचोलन जसविंदर कौर नू फोन कीता ता उसने अगो मंदा चंगा बोलिया। शिकायतकर्ता अनुसार उन्हां नाल बहुत वड्डा धोखा होया अते उन्हां दे जवान लड़के दी जिंदगी नाल खिलवाड़ कीता गया। नाम मेरा नाम चरणजीत सिंह है, वैसे मेरे लड़के दा नाम हैगा जतन। ਅਛਵਾੜੇ ਛਾਇਆ ਥਾਣਾ ਦੇ ਸਾਹਿਬ ਦੇ ਵਿੱਚ ਦਰਖਾਸਤ ਮੈਂ ਦਰਜ ਕਰਵਾਈ ਹੈ। ਦਰਖਾਸਤ ਵੀ ਬਹੁਤ ਅੱਕ ਕੇ ਦਰਜ ਕਰਵਾਈ ਹੈ। ਜਦੋਂ ਮੇਰੇ ਜਸਵਿੰਦਰ ਕੌਰ ਮੈਡਮ ਨੇ ਨਾ ਗੇੜੇ ਲਵਾ ਕੇ ਬਸ ਕਰਾਤੀ, ਜਦੋਂ ਜ਼ਿੰਦਗੀ ਵੀ ਕੱਖ ਨਹੀਂ, ਕਹਿੰਦੀ ਮੈਂ ਲਿਆ ਕੇ ਦਿੰਦੀ ਹਾਂ, ਮੰਗਾ ਕੇ ਦਿੰਦੀ ਹਾਂ। ਮੈਂ ਕਿਹਾ ਮੈਡਮ ਮੇਰਾ ਤਾਂ ਨੁਕਸਾਨ ਹੋਇਆ, 40,000 ਮੈਂ ਤੁਹਾਨੂੰ ਦੇਈ ਬੈਠਾ, ਗਹਿਣਾ ਗੱਟਾ ਮੈਂ ਗਵਾਈ ਬੈਠਾ, ਘਰੋਂ ਪੈਸਾ ਮੈਂ ਗਵਾਈ ਬੈਠਾ। ਮੈਂ ਤਾਂ ਸਰਕਾਰ ਤੋਂ ਇਹ ਗੱਲ, ਮੈਂ ਜਿਹੜੇ ਵੀ ਅਫਸਰ ਕੋਲ ਜਿਹੜੀ ਵੀ ਅਫਸਰ ਕੋਲ ਜਾਊਗੀ ਨਾ, ਮੇਰੀ ਦਰਖਾਸਤ ਮੇਰਾ ਪੂਰਾ ਸੱਚ ਆ, ਕੋਈ ਝੂਠ ਨਹੀਂ, ਮੇਰੇ ਨਾਲ ਇਨਸਾਫ ਕੀਤਾ ਜਾਵੇ ਜੀ, ਮੈਨੂੰ ਇਨਸਾਫ ਦਿੱਤਾ ਜਾਵੇ ਬਸ। ਸਾਡੇ ਕੋਲ ਮਰਨ ਤੋਂ ਸਿਵਾ ਹੋਰ ਇਸ ਵੇਲੇ ਕੁਛ ਨਹੀਂ ਹੈਗਾ, ਬਿਲਕੁਲ ਸਾਡੇ ਸਾਹ ਸੁੱਕੇ ਪਏ ਨੇ, ਸਾਡਾ 2 ਲੱਖ ਵੀ ਘੱਟਦੇ ਗਿਆ, ਸਾਡਾ ਗਹਿਣਾ ਗੱਟਾ ਵੀ ਘੱਟਦੇ ਗਿਆ। ਚੱਲਦੇ ਗੱਲਬਾਤ ਮੇਰੀ ਨਾ ਵਿਚੋਲਣ ਨਾ ਹੋ ਗਈ ਸੀਗੀ ਜੀ। ਰਿਸ਼ਤੇ ਦੇ ਬਾਰੇ ਇਹ ਜਿਹੜੀ ਜਸਵਿੰਦਰ ਕੌਰ ਆ ਇਹ ਚਮਕੌਰ ਦੀ ਰਹਿਣ ਵਾਲੀ ਹੋਈ ਆ, ਫਿਰ ਸਾਡੇ ਕਨੈਕਟ ਫੋਨ 'ਤੇ ਹੋਣ ਲੱਗ ਗਏ। ਫੋਨ 'ਤੇ ਕਨੈਕਟ ਹੁੰਦੇ ਇਹਨੇ ਕਿਹਾ ਵੀ ਮੇਰੇ ਕੋਲ ਕੁੜੀ ਸੋਲਣ ਦੀ ਹੈ ਇੱਕ। ਮੈਂ ਕਿਹਾ ਭਾਈ ਠੀਕ ਆ, ਜ਼ਿੰਮੇਵਾਰੀ ਵੀ ਮੈਂ ਕਿਹਾ ਤੁਹਾਡੀ ਹੋਣੀ ਆ, ਇਹ ਸੋਲਣ ਕਿਤੇ ਨੇੜੇ ਨਹੀਂ ਹੈਗਾ, ਮੈਨੂੰ ਜਾਣਾ ਵੀ ਸੌਖਾ ਨਹੀਂ ਹੈਗਾ, ਸਾਰੀਆਂ ਗੱਲਾਂ ਹੋਈਆਂ ਜੀ ਇਹਦੇ ਨਾਲ। ਕੁੜੀ ਕਹਿੰਦੀ ਗਰੀਬ ਘਰ ਤੋਂ ਆ, ਰਸ ਕੇ ਵਸ ਕੇ ਰਹੂਗੀ ਕੁੜੀ ਦਾ, ਇੱਕ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਪਹਿਲਾਂ ਗੱਲ ਵੀ ਤਲਾਕ ਹੋਇਆ ਹੋਇਆ ਇਹਦਾ। ਮੈਂ ਕਿਹਾ ਜਦੋਂ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਇਹਦੇ ਵਿੱਚ, ਫਿਰ ਮੈਨੂੰ ਤਾਂ ਕੋਈ ਪਰਹੇਜ਼ ਹੈ ਨੀਗਾ। ਫਿਰ ਮੈਂ ਆਪਣੇ ਲੜਕੇ ਨੂੰ ਪੁੱਛਿਆ ਜੇ ਤੁਹਾਨੂੰ ਵੀ, ਕਿਹਾ ਹਾਂ ਮਿੱਤਰਾ ਆ ਗੱਲਬਾਤ ਹੈਗੀ ਆ, ਕਿਹੜੀ ਕਹਿੰਦਾ ਕੋਈ ਗੱਲ ਨਹੀਂ ਠੀਕ ਆ, ਪਰ ਜ਼ਿੰਮੇਵਾਰੀ ਹੋਵੇ ਆਂਟੀ ਦੀ। ਮੈਂ ਕਿਹਾ ਵੀ ਜ਼ਿੰਮੇਵਾਰੀ ਵਿੱਚ ਗੱਲ ਹੋ ਗਈ ਆ, ਇਹ ਸਾਨੂੰ 1-2 ਦਿਨ ਬੁਲਾਇਆ, ਫਿਰ 1 ਦਿਨ ਨਾਲ ਕਹਿੰਦੇ ਮੁੰਡੇ ਨੂੰ ਲੈ ਕੇ ਆ, ਮੁੰਡੇ ਨੂੰ ਵੀ ਲੈ ਗਿਆ ਜੀ ਮੈਂ। ਮੁੰਡੇ ਦੇ ਨਾਲ ਵੀ ਚਾਹ ਪਾਣੀ ਪੀਦੇ ਹੋਏ ਆ, ਗੱਲਬਾਤ ਵੀ ਹੋਈ ਆ, ਕਹਿੰਦੀ ਮੁੰਡਾ ਠੀਕ ਆ। ਕੁੜੀ ਕਹਿੰਦੀ ਮੁੰਡਾ ਠੀਕ ਆ? ਨਹੀਂ ਕੁੜੀ ਨਹੀਂ ਕਹਿੰਦੀ, ਵਿਚੋਲਣ ਕਹਿੰਦੀ ਜਸਵਿੰਦਰ ਕੌਰ। ਜਸਵਿੰਦਰ ਕੌਰ ਨਹੀਂ ਬੁਲਾਇਆ ਸੀ ਮੁੰਡਾ 1 ਦਿਨ ਪਹਿਲਾਂ, 2 ਦਿਨ ਸਾਰੀਆਂ ਗੱਲਾਂ ਬਾਤਾਂ ਹੋਈਆਂ। ਫਿਰ ਵੀ ਮੈਂ ਉਹਨੂੰ ਕਿਹਾ ਕੁੜੀ ਦੀ ਜ਼ਿੰਮੇਵਾਰੀ ਤੁਹਾਡੀ ਆ, ਮੇਰੀ ਨਹੀਂ, ਮੇਰੇ ਕੋਲ ਤਾਂ ਆਊਗੀ, ਜੋ ਮਰਜ਼ੀ ਖਾਵੇ ਅਤੇ ਜੋ ਮਰਜ਼ੀ ਪੀਵੇ, ਮੇਰੇ ਕੋਲ ਖੁੱਲ੍ਹ ਆ, ਖਾਤੇ ਵਾਸਤੇ ਮੇਰੇ ਕੋਲ ਕੋਈ ਰੋਕ ਟੋਕ ਨਹੀਂ। ਫਿਰ ਵੀ ਇਹਨੇ ਮੈਨੂੰ ਦੁਬਾਰਾ ਜ਼ਿੰਮੇਵਾਰੀ ਕਹਿੰਦੀ ਮੇਰੀ ਆ, ਵਿਚੋਲਣ ਨੇ ਕਿਹਾ। ਅਸੀਂ ਜੀ ਉੱਦਣ ਜਦੋਂ 2 ਤਰੀਕ ਦੀ ਗੱਲ ਆ, ਇੱਕ ਤਰੀਕ ਨੂੰ ਅਸੀਂ ਗਏ ਹਾਂ ਇਹਦੇ ਕੋਲ, 2 ਤਰੀਕ ਨੂੰ ਕਹਿੰਦੀ ਜੀ ਕੁੜੀ ਆ ਰਹੀ ਆ। ਮੈਂ ਕੋਈ ਗੱਲ ਨਹੀਂ, ਆਣ ਲਓ। ਜਦੋਂ ਆਪਣੀ ਗੱਲਬਾਤ ਹੋਏਗੀ, ਤੁਸੀਂ ਕਿਹਾ ਵੀ 1 ਦਾ ਤਲਾਕ ਹੋਇਆ, ਉਹ ਵੀ ਠੀਕ ਆ। ਮੈਂ ਕਿਹਾ ਦੂਸਰੀ ਗੱਲਬਾਤ ਘਰੋਂ ਗਰੀਬ ਆ, ਮੈਂ ਕਿਹਾ ਉਹ ਵੀ ਗਈ ਠੀਕ ਆ। ਕੁੜੀ ਪਹਾੜਾਂ ਦੀ ਆ, ਮੈਂ ਕਿਹਾ ਕੋਈ ਗੱਲ ਨਹੀਂ ਠੀਕ ਆ, ਬਸ ਕੇ ਹੱਸ ਕੇ ਰਹੂਗੀ, ਕੋਈ ਗੱਲ ਨਹੀਂ। ਇੰਨੀਆਂ ਗੱਲਾਂ ਹੋਈਆਂ ਨੇ ਜੀ। ਜਦੋਂ 2 ਤਰੀਕ ਨੂੰ ਸ਼ਾਮ ਨੂੰ ਕੁੜੀ 5:30 ਵਜੇ ਪਹੁੰਚ ਗਈ ਆ, ਫਿਰ ਮੈਨੂੰ ਫੋਨ ਆਇਆ ਜੀ ਵੀ ਇੱਦਾਂ ਕਰਕੇ ਵੀ ਤੁਸੀਂ ਆਓ 1 ਵਾਰੀ।
ਛੋਟਾ ਲੜਕਾ ਗਿਆ, ਮੈਂ ਗਿਆ, ਮੇਰੀ ਪਿੰਡੋਂ ਲੜਕੀ ਗਈ, ਮੇਰੀ ਸਿਸਟਰ ਗਈ, ਚਾਰ ਜਾਣੇ ਅਸੀਂ ਗਏ। ਜੇ ਇਹਨੇ ਮੈਨੂੰ ਕਿਹਾ ਹੁੰਦਾ ਨਾ ਵੀ ਲੜਕਾ ਵੀ ਲੈ ਕੇ ਆਪਣਾ ਵੱਡੇ ਵਾਲਾ, ਤੇ ਵੱਡੇ ਵਾਲਾ ਵੀ ਮੈਂ ਲੈ ਜਾਣਾ ਸੀਗਾ, ਗੱਡੀ ਕਰਕੇ ਲੈ ਜਾਂਦਾ ਮੈਂ, ਕੋਈ ਲੜਕੇ ਵਾਸਤੇ ਨਹੀਂ ਕਿਹਾ ਨੀਗਾ। ਉੱਥੇ ਵੀ ਗੱਲਾਂ ਬਾਤਾਂ ਇਹੀ ਹੋਈਆਂ, ਬਹੂ ਸਾਹਮਣੇ ਬਿਠਾ ਕੇ ਬਹੂ ਨੇ ਵੀ ਗੱਲਾਂ ਕੀਤੀਆਂ ਵੀ ਮੈਂ ਠੀਕ ਹਾਂ, ਬਹੁਤ ਵਧੀਆ ਗੱਲਾਂ ਕੀਤੀਆਂ ਉਸ ਵੇਲੇ ਨੇ। ਹਾਂਜੀ, ਪਰ ਜਿਹੜਾ ਹੁਣ ਇਹਨੇ ਘਪਲਾ ਕੀਤਾ ਉਹ ਸਾਡੇ ਵਿਆਹ ਵੀ ਤੁਹਾਨੂੰ ਦੱਸਦਾ ਜੀ ਮੈਂ, ਸਾਰੀਆਂ ਗੱਲਾਂ ਬਾਤਾਂ ਹੋਣ ਤੋਂ ਬਾਅਦ ਸ਼ਾਮ ਦਾ ਟਾਈਮ ਸੀਗਾ, ਥੋੜ੍ਹਾ ਜਿਹਾ ਹੋ ਗਿਆ, ਬਾਜ਼ਾਰ ਘੁੰਮਣ ਲੈ ਗਏ ਜੀ। ਬਾਜ਼ਾਰ ਤੋਂ ਅਸੀਂ ਚਮਕੌਰ ਸਾਹਿਬ ਤੋਂ ਸੰਨਿਆੜੀ ਦੀ ਦੁਕਾਨ ਤੋਂ ਚੂੜੀ ਵੀ ਦਵਾਈ ਹੈ 1400 ਦੀ, ਹੋਰ ਵੀ ਸਮਾਨ ਦਵਾਇਆ, ਕਾਰਨ ਮੰਨ ਕੇ ਚਲੋ ਵੀ 3000 ਰੁਪਏ ਦਾ ਸਮਾਨ ਸੀ ਉਹ ਨੂੰ ਦਵਾ ਦਿੱਤਾ। 3 ਤਰੀਕ ਦੀ ਸ਼ਾਦੀ ਸੀਗੀ ਨਾਲੇ, ਦੋ ਤੋਂ ਬਾਅਦ 3 ਤਰੀਕ ਦੇ ਵਿੱਚ, 3 ਤਰੀਕ ਨੂੰ ਜਦੋਂ 5-7 ਬੰਦੇ ਉਹਨਾਂ ਦੇ ਸੀ, 5-7 ਸੀ ਅਸੀਂ ਉਹ। ਜੀ ਜਤਿਨ ਆ ਜੀ, ਜਤਿਨ ਜੀ, ਜਦੋਂ ਮੇਰਾ ਵਿਆਹ ਹੋਇਆ, ਵਿਆਹ ਹੋਣ ਤੋਂ ਬਾਅਦ ਉਸੀ ਰਾਤ ਨੂੰ ਮੈਨੂੰ ਕਹਿਣ ਲੱਗ ਗਈ ਮੈਨੂੰ 10000 ਰੁਪਈਏ ਦਾ ਫੋਨ ਲੈ ਕੇ ਦੇ, ਅਤੇ ਫਿਰ ਮੈਂ ਉਹ ਗੱਲ ਗੋਰੀ ਨਹੀਂ ਹੈਗੀ, ਮੈਂ ਦਿਮਾਗ 'ਚੋਂ ਨਿਕਾਲਤੀ। ਫਿਰ ਉਹਦੇ ਬਾਅਦ ਜੋ ਦੂਜੇ ਦਿਨ ਮੈਨੂੰ ਕਹਿੰਦੀ ਮੈਨੂੰ ਫੋਨ ਦਾ OTP ਦੱਸ, ਗੂਗਲ ਪੇ ਜੋ ਪੀਡੀਐਮ ਹੁੰਦਾ। ਹਾਂਜੀ ਹਾਂਜੀ, ਮੈਂ ਫਿਰ ਉਹਨੂੰ ਬਹਾਨਾ ਲਾਇਆ, ਮੈਂ ਕਿਹਾ ਮੇਰੇ ਭਰਾ ਨੂੰ ਪਤਾ ਵਾ, ਮੈਨੂੰ ਨਹੀਂ ਪਤਾ ਹੈਗਾ, ਮੇਰੇ ਭਰਾ ਨੇ ਮੈਨੂੰ ਫੋਨ ਲੈ ਕੇ ਇਹ ਦਿੱਤਾ ਵਾ। ਫਿਰ ਉਹਦੇ ਬਾਅਦ ਚੋਂ ਫਿਰ ਮੈਨੂੰ ਕਹਿੰਦੀ ਮੈਨੂੰ 3000 ਰੁਪਈਏ ਗੱਡੀ ਦਾ ਕਿਰਾਇਆ ਚਾਹੀਦਾ। ਮੈਂ ਕਿਹਾ ਭਾਈ ਮੇਰੇ ਕੋਲ ਹੈ ਨਹੀਂ ਗੇ ਹਜੇ ਕੋਈ ਵੀ ਪੈਸਾ, ਮੈਂ ਕਿਹਾ ਡੈਡੀ ਆਊਗਾ, ਡੈਡੀ ਤੋਂ ਮੈਂ ਤੈਨੂੰ ਮਿਲ ਜਾਣਗੇ। ਫਿਰ ਕਹਿੰਦੀ ਪਾਪਾ ਕੇ ਅੰਡਰ ਤੁਮ ਉਹ ਕਰਤੇ ਹੋ ਕੰਮ, ਤੁਮ ਆਪਣੇ ਸੇ ਕਿਆ ਬਣਾਇਆ। ਮੈਂ ਉਸ ਕੋ ਬੋਲਾ ਜੋ ਹਮਸੇ ਬੜਾ ਰਿਸਪੋਂਸਿਬਿਲਟੀ ਉਸਕਾ ਉਹ ਬਹੁਤ ਬਣਤਾ ਹੈ। ਸਰ ਜੀ ਮੈਂ 2 ਰਾਤਾਂ ਰਿਹਾ ਜੀ, 2 ਰਾਤਾਂ 'ਚ ਮੈਨੂੰ ਉਹਦੇ ਵਿਹਾਰ ਦਾ ਪਤਾ ਲੱਗ ਗਿਆ ਸੀਗਾ, ਅਤੇ ਮੈਨੂੰ ਜਦੋਂ ਡੈਡੀ ਖੁਆਰ ਦੇਣ ਜਾਂਦਾ ਸੀਗਾ ਮੈਨੂੰ ਕਹਿੰਦੀ ਤੁਮ ਦੁਕਾਨ ਮੇ ਚਲੋ। ਫਿਰ ਦੁਕਾਨ ਦੇ ਵਿੱਚ ਹੁੰਦਾ ਸੀਗਾ, ਮੈਨੂੰ ਨਹੀਂ ਪਤਾ ਕਿਵੇਂ ਉਹਨੇ ਸਮਾਨ ਕੱਢਿਆ, ਕਿਵੇਂ ਲੈ ਕੇ ਗਈ ਆ ਜੀ। ਆਹ ਮੁੰਡੀ ਝਾਂਜਰਾਂ, ਅਤੇ ਆਹ ਬਿਸ਼ਵੇ, ਅਤੇ ਆਹ ਬਾਲੀਆਂ, ਅਤੇ ਉਹਦੇ ਬਾਅਦ ਚੋਂ 2 ਲੱਖ ਰੁਪਈਆ ਉਹ ਸੀਗਾ, ਅਤੇ 2 ਲੱਖ ਰੁਪਈਆ ਵੀ ਨਾਲ ਲੈ ਗਈ ਆ ਜੀ। ਅਸੀਂ ਦੁਕਾਨ ਵਾਸਤੇ ਹੀ ਉਹ ਰੱਖਿਆ ਸੀਗਾ। ਵਿਚੋਲਣ ਆ ਜੀ, ਮੇਰੀ ਗੱਲ ਪਹਿਲੇ ਵਿਆਹ ਤੋਂ ਹੋਈ ਸੀਗੀ, ਕਹਿੰਦੇ ਉਹਦਾ ਤਲਾਕ ਹੋਇਆ ਹੋਇਆ ਵਾ, ਅਤੇ ਐਂ ਵਿਚੋਲਣ ਦੀ ਆ, ਅਤੇ ਮੈਂ ਤੁਹਾਡਾ ਉਹ ਦਿੰਦੀ ਹਾਂ ਕਰਵਾ ਰਿਸ਼ਤਾ। ਅਤੇ ਉਹਦੇ ਬਾਅਦ 'ਚ ਮੈਨੂੰ ਫੋਟੋ ਵਿਚੋਲਣ ਨੇ ਦਿਖਾਈ, ਮੈਂ ਕਿਹਾ ਚਲੋ ਸਰ ਠੀਕ ਆ। ਅਤੇ ਫਿਰ ਕੁੜੀ ਨੂੰ ਦਿਖਾਈ, ਕਹਿੰਦੀ ਠੀਕ ਆ। ਫਿਰ ਉਹਦੇ ਬਾਅਦ 'ਚੋਂ ਸਾਡਾ ਜੀ ਹੋ ਗਿਆ ਵਿਆਹ, ਅਤੇ ਵਿਆਹ ਦੇ ਬਾਅਦ 'ਚੋਂ ਜੀ ਆਪਣੀ ਭੈਣ ਦੇ ਘਰ ਜਾ ਕੇ ਕਹਿੰਦੀ ਮੁੰਡਾ ਮੈਡੀਕਲ ਨਸ਼ੇ ਕਰਦਾ ਵਾ, ਅਤੇ ਉਹਦੇ ਬਾਅਦ 'ਚੋਂ ਉਹਦੀ ਭੈਣ ਨੇ ਜਿਹੜੀ ਉਹ ਕੀਤੀ ਸੀ ਗੱਲ ਮੇਰੇ ਨਾਲ, ਕਹਿੰਦੀ ਮੁੰਡੇ ਨੂੰ ਹੱਕ ਉਹ ਪੈਂਦੀ ਆ, ਹੱਕ ਪੈਂਦੀ ਹੈ। ਪਹਿਲੇ ਜੀ ਮੈਂ ਗੱਲ ਜੀ ਵਿਚੋਲਣਾ ਮੇਰੀ ਫੇਸ ਟੂ ਫੇਸ ਫੇਸ ਹੋ ਗਈ। ਹਾਂਜੀ ਜੀ ਹਾਂਜੀ ਜੀ ਜੀ ਪੁਲਿਸ ਵਾਲੇ ਤਾਂ ਜੀ ਹਜੇ ਕੁਛ ਨੀ ਕਹਿੰਦੇ ਹੈਗੇ, ਜਿਹੜਾ ਜੀ ਸਾਨੂੰ ਇਨਸਾਫ਼ ਜੀ ਉਹ ਮਿਲਣਾ ਚਾਹੀਦਾ ਜੀ। ਚੰਦੀ ਸਿੰਘ ਸਾਨੂੰ ਗੁਰਧਾਰੀ ਲਾਲ ਵਾਸੀ ਪੁਆਧ ਤੋਂ ਸਾਨੂੰ ਕੰਪਲੇਂਟ ਆਈ ਹੈ ਸਰ ਇੱਕ, ਵੀ ਮੇਰੇ ਲੜਕਾ ਜਤਿਨਾ ਜਿਹੜਾ ਸੀਗਾ ਉਹਨੂੰ ਉਹਦੀ ਵਿਚੋਲਣ ਜਸਵਿੰਦਰ ਕੌਰ ਵਾਸੀ ਚਮਕੌਰ ਸਾਹਿਬ ਨੇ ਵਿਆਹ ਕਰਾਇਆ ਸੀ, ਪਰ ਉਹ ਲੜਕੀ 2 ਦਿਨਾਂ ਬਾਅਦ ਹੀ ਚਲੇ ਗਈ ਆ, ਮੁੜ ਕੇ ਵਾਪਸ ਨਹੀਂ ਆਈ। ਸਾਡਾ ਜੋ ਸੀਗਾ ਮਾੜਾ ਮੋਟਾ ਸਮਾਨ ਵੀ ਨਾਲ ਲੈ ਗਈ ਆ, ਜਿਸ ਤੋਂ ਸਾਡੀ ਕੰਪਲੇਂਟ ਆਈ ਆ, ਕੰਪਲੇਂਟ ਦੀ ਅਸੀਂ ਪੜਤਾਲ ਕਰ ਰਹੇ ਹਾਂ। ਅਗਰ ਜੇ ਕਿਸੇ ਨੇ ਵੀ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਹਦੇ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਪੈਸੇ ਵੀ ਕਹਿ ਰਹੇ ਨੇ, ਪਰ ਇਹ ਪੜਤਾਲ ਤੋਂ ਬਾਅਦ ਆਊਗਾ ਜੀ ਪਤਾ ਲੱਗੂਗੀ ਗਏ ਜਾਂ ਨਹੀਂ। ਜੋ ਵੀ ਜੇ ਉਹਨਾਂ ਨੇ ਕੀਤਾ ਤਾਂ ਉਹਦੇ ਖਿਲਾਫ਼ ਕਾਰਵਾਈ ਪਰਚਾ ਦਰਜ ਕਰਾਂਗੇ ਜੀ।